ਅੱਜ ਪੰਜਾਬ ਦੇ 2.5 ਲੱਖ ਕਰੋੜ ਦਾ ਕਰਜ਼ਾ ਹੈਗਾ, ਪੰਜਾਬ ਕਰਜ਼ਾ ਹੀ ਸਟੇਟ ਬਣਾਤਾ। ਸੋ ਇਹਦੇ ਲਈ ਮੈਂ ਸਮਝਦਾ ਮਾਫੀਆ ਸਰਕਾਰਾਂ ਜ਼ਿੰਮੇਵਾਰ ਨੇ। ਬੜਾ ਸਪਸ਼ਟ ਆ ਕਿ ਕੈਪਟਨ ਸਾਹਿਬ ਤੋਂ ਨਾ ਮਾਈਨਿੰਗ ਰੁਕ ਰਹੀ ਹੈ, ਨਾ ਸ਼ਰਾਬ ਮਾਫੀਆ, ਨਾ ਡਰੱਗ ਮਾਫੀਆ, ਨਾ ਲੈਂਡ ਮਾਫੀਆ ਰੁਕ ਰਿਹਾ ਹੈਗਾ। ਉਸੇ ਤਰ੍ਹਾਂ ਸਾਰੇ ਮਾਫੀਏ ਕੰਮ ਕਰ ਰਹੇ ਨੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 'ਚ ਕੰਮ ਕਰਦੇ ਸੀ। ਫਾਰਮੈਲਿਟੀ ਕੀਤੀ ਜਾਂਦੀ ਹੈ ਕਿ ਆਹ ਟੀਮਾਂ ਬਣਾ ਦਿਓ, ਆਹ ਸਿੱਟਾਂ ਬਣਾ ਦਿਓ, ਐਸਟੀਐਫ ਬਣਾ ਦਿਓ। ਇਹ ਸਿਰਫ ਅਤੇ ਸਿਰਫ ਕਲੀਨ ਚਿੱਟ ਦੇਣ ਨੂੰ ਬਣਾਈਆਂ ਜਾਂਦੀਆਂ ਨੇ। नमस्कार, आप देख रहे हैं प्रकाश टीवी। समाज दिनेश के साथ कार्यक्रम में आपका स्वागत है। आज हमारे साथ चर्चा के लिए मौजूद हैं पंजाब विधानसभा में अपोजिशन लीडर आम आदमी पार्टी हरपाल सिंह चीमा जी। चीमा जी, बहुत बहुत स्वागत है आपका प्रोग्राम में। बहुत बहुत धन्यवाद आपका, बहुत बहुत शुक्रिया। चीमा जी, सबसे पहले सवाल इसी पे कर लेते हैं कि कोरोना जिस तरह से अभी पैर पसार रहा है पूरे देश में और पंजाब में भी, तो कोरोना ने लॉकडाउन खुलने के बाद में संख्या बहुत ज्यादा बढ़ी है पंजाब में भी, तो इस तरह से जो अभी सरकार ने जो अभी रीति नीति अपनाई है कोरोना की रोकथाम के लिए, लॉकडाउन भी खोला है हालांकि, तो उसको आप किस तरह से देख रहे हैं? देखो, कोरोना महामारी जिहड़ी हैगी आ उहने पूरा संसार, पूरे संसार की मनुखता, पूरे जिहड़ी है साडा जन जीवन प्रभावित किया है। और वायरस जिहड़ा है बड़ी तेजी के नाल जिहड़ा है फैल भी रहा है, और सरकारां चाहे वह पंजाब सरकार आ चाहे किसी होर स्टेट की सरकार आ, सरकार काबू करने लगिया होने लगे, पर लेकिन मैं समझदा सानू सारयां नू उहदे विच सहयोग करना चाहिए। और सरकारां दा वड्डा काम की आ कि लोगों लॉकडाउन दौरान, लोगों करफ्यू दौरान, लोगों इस महामारी से टक्कर किमें करना, वो आर्थिक सहायता किमें देनी है, लोगों खाण पीण दस्तान किमें देनिया ने, लोग जोड़े लोग रोजाना कमाते हैं, रोजाना खाते हैं, जिन्होंने मैं समझता दिहाड़ीदार लोग, बहुत ज़्यादा गरीब लोग, उन्होंने साधन नहीं होंगे, सोर्स नहीं होंगे है, सो उन्होंने जीवन भर किमें ज्यौदा रखना, उन्होंने किमें अगे लैके जाना, ये सरकार की जी जिम्मेवारी है। और पंजाब के खास तौर पर ਕੈਪਟਨ ਸਾਹਿਬ ਇਸ ਜ਼ਿੰਮੇਵਾਰੀ ਤੋਂ ਭੱਜ ਚੁੱਕੇ ਨੇਗੇ। ਕੈਪਟਨ ਸਾਹਿਬ ਨੇ ਜਿਹੜੀ ਆਮ ਲੋਕਾਂ ਦੇ ਜਨਜੀਵਨ ਜਿਹੜਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਖਾਸ ਤੌਰ 'ਤੇ ਚਾਹੇ ਮੱਧ ਵਰਗੀ ਪਰਿਵਾਰ ਨੇ ਚਾਹੇ ਗਰੀਬ ਪਰਿਵਾਰ ਨੇ, ਉਹਨਾਂ ਨੂੰ ਕੋਈ ਰਾਹਤ ਦਾ ਪੈਕੇਜ ਖੋਲ੍ਹ ਦਿੱਤਾ ਹੈਗਾ, ਖਾਸ ਤੌਰ 'ਤੇ ਆਰਥਿਕ ਪੈਕੇਜ, ਜਿਹਨੂੰ ਆਪਾਂ ਕਹਿ ਦਈਏ ਕਿ ਉਹਨਾਂ ਨੂੰ ਆਰਥਿਕ ਤੌਰ 'ਤੇ ਕੀ ਮਦਦ ਕੀਤੀ ਹੈ, ਬਿਲਕੁਲ ਨਹੀਂ ਹੋਇਆ ਪੰਜਾਬ ਦੇ ਵਿੱਚ, ਜਦਕਿ ਹੋਰ ਬਹੁਤ ਸਾਰੇ ਸੂਬੇ ਦੇ ਸਰਕਾਰਾਂ, ਦਿੱਲੀ ਦੀ ਸਰਕਾਰ, ਕਰਨਾਟਕਾ ਦੀ ਸਰਕਾਰ ਜਾਂ ਹੋਰ ਸਰਕਾਰਾਂ ਨੇ ਆਰਥਿਕ ਪੈਕੇਜ ਦਿੱਤੇ ਨੇਗੇ। ਸਾਡੀਆਂ ਕਲੱਬਾਂ, ਸਾਡੇ ਸੋਸ਼ਲ ਔਰਗਨਾਈਜੇਸ਼ਨਸ, ਸਾਡੀਆਂ ਜਿਹੜੀਆਂ ਮੈਂ ਸਮਝਦਾ ਰਾਜਨੀਤਿਕ ਪਾਰਟੀਆਂ, ਸਰਪੰਚ, ਪੰਚ ਜਾਂ ਜਿਹੜੇ ਹੋਰ ਨੁਮਾਇੰਦੇ, ਔਰ ਖਾਸ ਤੌਰ 'ਤੇ ਮੈਂ ਇੱਥੇ ਜਿਹੜਾ ਹੈਗਾ ਦੱਸੂੰਗਾ ਤੁਹਾਨੂੰ ਕਿ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ, ਧਾਰਮਿਕ ਸੰਸਥਾਵਾਂ ਅੱਗੇ ਆਈਆਂ ਔਰ ਲੋਕਾਂ ਨੂੰ ਲੰਗਰ ਬਣਾ ਕੇ ਦਿੱਤੇ। ਸੋ ਮੈਂ ਇਹ ਸਾਰੀਆਂ ਸੰਸਥਾਵਾਂ ਅੱਗੇ ਆਈਆਂ, ਪਰ ਲੇਕਿਨ ਪੰਜਾਬ ਸਰਕਾਰ ਕਿਤੇ ਨਾ ਕਿਤੇ ਇਹਦੇ 'ਚ ਬੁਰੀ ਤਰ੍ਹਾਂ ਫੇਲ ਹੋਈ। ਲੇਕਿਨ ਕੋਈ ਨਾ ਕੋਈ ਕੌਂਟਰਰੀ ਤੋਂ ਇਹ ਹੈ ਕਿ ਕੇਂਦਰ ਸਰਕਾਰ ਨੇ ਤਾਂ ਤਾਰੀਫ ਕਰੀ ਪੰਜਾਬ ਸਰਕਾਰ ਦੀ ਕਿ ਜੋ ਇਹਨਾਂ ਨੇ ਪੈਰਾਮੀਟਰਸ ਅਪਣਾਇਆ ਉਹ ਹਰ ਰਾਜ ਕੋ ਅਪਣਾਉਣੇ ਚਾਹੀਏ ਕੋਰੋਨਾ ਮਹਾਮਾਰੀ, ਕਿਉਂਕਿ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜੀ ਵਸੋਂ ਆ, ਪਾਪੂਲੇਸ਼ਨ ਆ, ਸਕੈਟਰਡ ਆ, ਦੂਰ ਦੂਰ ਫੈਲੀ ਹੋਈ ਹੈਗੀ, ਜਿਹੜੇ ਸ਼ਹਿਰ ਨੇ ਬੜੇ ਛੋਟੇ ਨੇਗੇ, ਵੱਡੇ ਸ਼ਹਿਰ ਨਹੀਂ ਹੈਗੇ। ਸੋ ਇੱਥੇ ਕਿਤੇ ਨਾ ਕਿਤੇ ਜਿਹੜਾ ਕੋਰੋਨਾ ਵਾਇਰਸ ਦਾ ਖਤਰਾ ਹੈਗਾ ਉਹ ਘੱਟ ਹੈਗਾ, ਜਿੱਥੇ ਆਬਾਦੀ ਜ਼ਿਆਦਾ ਗੀ, ਸੰਘਣੀ ਆਬਾਦੀ ਹੈ ਜਿਹੜੇ ਸ਼ਹਿਰਾਂ ਦੀ, ਵੱਡੇ ਸ਼ਹਿਰਾਂ 'ਚ, ਉੱਥੇ ਜਿਹੜਾ ਇਹਦਾ ਹਮਲਾ ਵੀ ਆ ਉਹ ਜ਼ਿਆਦਾ ਹੈਗਾ। ਪੰਜਾਬ ਸਰਕਾਰ ਟੈਸਟ ਵੀ ਬਹੁਤ ਘੱਟ ਕਰ ਰਹੀ ਹੈ, ਟੈਸਟ ਲੋਕਾਂ ਦੇ ਟੈਸਟ ਵੀ ਬਹੁਤ ਘੱਟ ਕਰ ਰਹੀ ਹੈ, ਜਿਹੜੇ ਜਿਹਨਾਂ ਦੇ ਸਿਮਟਮ ਦਿਖਾਈ ਦਿੰਦੇ ਨੇ, ਜਿਹਨਾਂ ਦੇ ਲੱਛਣ ਦਿਖਾਈ ਦਿੰਦੇ ਨੇਗੇ, ਉਹਨਾਂ ਦੀ ਤਾਂ ਟੈਸਟਿੰਗ ਹੋ ਰਹੀ ਆ, ਬਗੈਰ ਲੱਛਣ ਦੀ ਟੈਸਟਿੰਗ ਨਹੀਂ ਹੋ ਰਹੀ। ਸੋ ਜਦੋਂ ਬਗੈਰ ਲੱਛਣ ਵਾਲੇ ਲੋਕਾਂ ਦੀ ਵੀ ਟੈਸਟਿੰਗ ਹੋਊਗੀ ਤਾਂ ਪੰਜਾਬ 'ਚ ਵੀ ਮਾਮਲੇ ਬਹੁਤ ਜ਼ਿਆਦਾ ਵੱਧ ਸਕਦੇ ਨੇ। ਕੋਰੋਨਾ ਸੇ ਨਿਕਲ ਕੇ ਹਮ ਇੱਕ ਮੁੱਦਾ ਵੀ ਆਪਣੇ ਪਿਛਲੇ ਦਿਨ ਉਠਾਇਆ, 3-4 ਦਿਨ ਪਹਿਲੇ, ਜਿਸਮੇ ਮਾਈਨਿੰਗ ਪਰ ਟੀਚਰਸ ਕੀ ਡਿਊਟੀ ਲੱਗੀ ਸੀ, ਆਪਣੇ ਬੜੀ ਖਿਲਾਫਤ ਕੀ ਉਸ ਬਾਤ ਕੀ, ਤੋ ਇਹ ਕਿਆ ਹੈ? ਅਗਰ ਸਪੋਜ਼ ਉਸ ਪਰ ਲਗਾਇਆ ਥਾ, ਅਗਰ ਡਿਊਟੀ ਲਗਾਈ ਥੀ, ਤੋ ਉਸਮੇ ਕਿਆ ਥਾ ਐਸਾ ਪੇਚੀਦਾ ਮਾਮਲਾ ਕਿ ਜਿਸਕੋ ਆਮ ਆਦਮੀ ਪਾਰਟੀ ਨੇ ਵਿਰੋਧ ਕੀਆ ਪੰਜਾਬ ਮੇਂ? ਮੈਂ ਸਮਝਦਾ ਸਮਗਲਿੰਗ ਹੋ ਕੇ ਸ਼ਰਾਬ ਵਿਕਦੀ ਹੈ, ਜਿਹੜੀ ਪੰਜਾਬ ਸਰਕਾਰ ਨਹੀਂ ਵੇਚਦੀ, ਬਾਹਰਲੀ ਸ਼ਰਾਬ ਵਿਕਦੀ ਹੈ,
ਉਹਨੂੰ ਰੋਕਣ ਲਈ ਵੀ ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆਂ ਸੀਗੀਆਂ, ਉਦੋਂ ਵਿਰੋਧ ਕੀਤਾ ਆਮ ਆਦਮੀ ਪਾਰਟੀ ਵੱਲੋਂ, ਉਦੋਂ ਰੱਦ ਹੋਈਆਂ, ਹੁਣ ਜਿਹੜਾ ਮਾਈਨਰ ਰੋਕਣ ਲਈ ਡਿਊਟੀਆਂ ਲੱਗ ਜਾਂਗੀਆਂ ਇਹਦੇ ਵੀ ਵਿਰੋਧ ਕੀਤਾ, ਹੁਣ ਰੱਦ ਹੋਈਆਂ ਰਹਿਗੀਆਂ। ਬੜੀ ਹੈਰਾਨੀ ਦੀ ਗੱਲ ਤਾਂ ਇਹ ਆ ਕਿ ਕੈਪਟਨ ਸਾਹਿਬ ਨੇ ਜਿਹੜਾ ਡਿਪਾਰਟਮੈਂਟ ਬਣਾਇਆ ਜਿਹੜਾ ਮਾਈਨਿੰਗ ਡਿਪਾਰਟਮੈਂਟ ਆ, ਉਹ ਇਹਦਾ ਮਤਲਬ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ। ਸੋ ਕੈਪਟਨ ਸਾਹਿਬ ਨੂੰ ਚਾਹੀਦਾ ਕਿ ਉਹ ਡਿਪਾਰਟਮੈਂਟ ਨੂੰ ਬੰਦ ਕਰ ਦੇਵੇ ਜੇਕਰ ਤੋਂ ਮਾਈਨਿੰਗ ਨਹੀਂ ਰੁਕਦੀ। ਬੜਾ ਸਪਸ਼ਟ ਆ ਕਿ ਕੈਪਟਨ ਸਾਹਿਬ ਤੋਂ ਨਾ ਮਾਈਨਿੰਗ ਰੁਕ ਰਹੀ ਆ, ਨਾ ਸ਼ਰਾਬ ਮਾਫੀਆ ਰੁਕ ਰਿਹਾ ਹੈਗਾ, ਨਾ ਡਰੱਗ ਮਾਫੀਆ ਰੁਕ ਰਿਹਾ ਹੈਗਾ, ਨਾ ਲੈਂਡ ਮਾਫੀਆ ਰੁਕ ਰਿਹਾ ਹੈਗਾ, ਨਾ ਸੈਂਡ ਮਾਫੀਆ ਰੁਕ ਰਿਹਾ ਹੈਗਾ। ਉਸੇ ਤਰ੍ਹਾਂ ਸਾਰੇ ਮਾਫੀਏ ਕੰਮ ਕਰ ਰਹੇ ਨੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 'ਚ ਕੰਮ ਕਰਦੇ ਸੀ, ਜਿਵੇਂ ਅਕਾਲੀ ਦਲ ਬੀਜੇਪੀ ਦੀ ਸਰਕਾਰ 'ਚ ਕੰਮ ਕਰਦੇ ਸੀ ਪੰਜਾਬ ਨੂੰ ਲੁੱਟਣ ਦਾ, ਉਸੇ ਤਰ੍ਹਾਂ ਹੁਣ ਹੋ ਰਿਹਾ, ਕੋਈ ਫਰਕ ਨਹੀਂ ਹੈਗਾ। ਪਰ ਠੀਕ ਸਾਹਿਬ, ਉਸਕੇ ਉਲਟ ਜੋ ਬਾਤਾਂ ਆ ਰਹੀਆਂ ਸਾਹਮਣੇ ਕਿ ਪੰਜਾਬ ਸਰਕਾਰ ਨੇ ਤਾਂ SIT ਬਣਾਈ ਹੋਈ ਹੈ, ਸਪੈਸ਼ਲ ਟਾਸਕ ਫੋਰਸ ਹੈ ਜੋ ਨਸ਼ੇ ਦੀ ਰੋਕਥਾਮ ਕੇ ਲਈ ਪੰਜਾਬ ਮੇਂ ਕੰਮ ਕਰ ਰਹੀ ਹੈ, ਆਪ ਲੇਕਿਨ ਆਰੋਪ ਲਗਾ ਰਹੇ ਕਿ ਨਸ਼ਾ ਪੰਜਾਬ ਸਰਕਾਰ ਕੁਛ ਨਹੀਂ ਕਰ ਪਾ ਰਹੀ ਔਰ ਨਾਕਾਮ। ਦੇਖੋ, ਚਾਹੇ SIT ਬਣਾਤੀ, ਚਾਹੇ ਸਪੈਸ਼ਲ ਟਾਸਕ ਫੋਰਸ ਬਣਾਤੀ, ਚਾਹੇ ਗੁਰੂ ਗ੍ਰੰਥ ਸਾਹਿਬ ਦੀ BRB ਨੂੰ ਰੋਕਣ ਲਈ ਟੀਮਾਂ ਬਣਾਤੀਆਂ, ਪਰ ਲੇਕਿਨ ਗਰਾਊਂਡ 'ਤੇ ਕੁਛ ਨਹੀਂ ਹੋ ਰਿਹਾ, ਗਰਾਊਂਡ 'ਤੇ ਉਸੇ ਤਰ੍ਹਾਂ ਹੈਗਾ। ਸੋ ਇਹ ਮੈਂ ਸਮਝਦਾ ਇੱਕ ਫਾਰਮੈਲਿਟੀ ਕੀਤੀ ਜਾਂਦੀ ਹੈ ਕਿ ਆਹ ਟੀਮਾਂ ਬਣਾ ਦਿਓ, ਆਹ ਸਿੱਟਾਂ ਬਣਾ ਦਿਓ, ਐਸ ਟੀ ਐਫ ਬਣਾ ਦਿਓ, ਇਹ ਸਿਰਫ ਅਤੇ ਸਿਰਫ ਕਲੀਨ ਚਿੱਟ ਦੇਣ ਨੂੰ ਬਣਾਈਆਂ ਜਾਂਦੀਆਂ ਨੇਗੀਆਂ। ਦਿੱਲੀ ਮੇਂ ਬਿਜਲੀ ਕੀ ਜੋ ਯੂਨਿਟਸ ਹੈਂ, ਕਹਾ ਜਾ ਰਿਹਾ ਹੈ ਕਿ ਉਸਮੇਂ ਚਾਰਜਿਸ ਨਹੀਂ ਲਏ ਜਾ ਰਹੇ, ਤਕਰੀਬਨ 300 ਯੂਨਿਟ ਤੱਕ ਦਿੱਲੀ ਸਰਕਾਰ ਨੇ 0 ਫ੍ਰੀ ਚਾਰਜਿਸ ਕਰਦੀ ਹੈ, ਕੋਈ ਚਾਰਜਿਸ ਨਹੀਂ ਹੈ। ਆਪਣੇ ਸ਼ਾਇਦ ਇਹ ਮੁੱਦਾ ਪੰਜਾਬ ਮੇਂ ਵੀ ਉਠਾਇਆ ਹੈ ਕਿ ਪੰਜਾਬ ਸਰਕਾਰ ਵੀ ਕੁਛ ਐਸਾ ਕਦਮ ਉਠਾਇਆ ਜੈਸਾ ਦਿੱਲੀ ਕੀ ਆਮ ਆਦਮੀ ਪਾਰਟੀ ਸਰਕਾਰ ਨੇ ਕੀਆ, ਤੋ ਕਿਸ ਤਰ੍ਹਾਂ ਸੇ ਲੋਕੋਂ ਕੋ ਲੱਗ ਰਿਹਾ ਹੈ ਕਿ ਰਾਹਤ ਮਿਲੇਗੀ ਆਉਣ ਵਾਲੇ ਸਮੇਂ? ਦੇਖੋ, ਪੰਜਾਬ ਦੇ ਵਿੱਚ ਜਿਹੜਾ ਬਿਜਲੀ ਮਾਫੀਆ ਕੰਮ ਕਰ ਰਿਹਾ, ਜਿਹੜੀ ਪਹਿਲਾਂ ਸਰਕਾਰ ਸੀ, ਜਿਹੜੀ ਸਰਕਾਰ BJP ਅਤੇ ਅਕਾਲੀ ਦਲ ਦੀ ਸਰਕਾਰ ਸੀ, ਉਹ ਸਰਕਾਰ ਨੇ 4 ਐਗਰੀਮੈਂਟ ਪ੍ਰਾਈਵੇਟ ਕੰਪਨੀਆਂ ਦਾ ਨਾ ਕੀਤੇ, ਚਾਹੇ ਅਸੀਂ ਬਿਜਲੀ ਵਰਤੀਏ ਚਾਹੇ ਅਸੀਂ ਬਿਜਲੀ ਨਾ ਵਰਤੀਏ, ਉਹਨਾਂ ਐਗਰੀਮੈਂਟਾਂ ਦੇ ਤਹਿਤ ਸਾਨੂੰ ਪੈਸੇ ਜਿਹੜੇ ਹੈਗਾ ਉਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਦੇਣੇ ਪੈਣਗੇ। ਔਰ ਉਹਨਾਂ ਦੇ ਕਾਰਨ ਪੰਜਾਬ ਦੇ ਉੱਤੇ ਬਹੁਤ ਵੱਡਾ ਆਰਥਿਕ ਬੋਝ ਪਿਆ, ਪੰਜਾਬ ਦੇ ਗਰੀਬ ਲੋਕਾਂ 'ਤੇ ਪਿਆ, ਪੰਜਾਬ ਦੇ ਚਾਹੇ ਅਮੀਰ ਲੋਕ ਆ, ਪੰਜਾਬ 'ਚ ਰਹਿਣ ਵਾਲੇ ਹਰ ਇੱਕ ਵਿਅਕਤੀ 'ਤੇ ਪਿਆ। ਲਗਭਗ 70,000 ਕਰੋੜ ਰੁਪਏ ਦਾ ਵਜ਼ਨ ਆਉਣ ਵਾਲੇ 25 ਸਾਲ, ਜਿਹਨਾਂ 'ਚ ਮੈਂ ਸਮਝਦਾ 3.5-3 ਸਾਲ ਤਾਂ ਹੋਣ ਲੱਗੇ, ਆਉਣ ਵਾਲੇ 22-23 ਸਾਲ ਹੋਰ ਪੰਜਾਬ ਦੇ ਲੋਕਾਂ ਨੂੰ ਭੋਗਣਾ ਪਊਗਾ। ਉਹਦੇ ਲਈ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਜ਼ਿੰਮੇਵਾਰ ਆ, ਉਹਦੇ ਲਈ ਜਿਹੜੀ BJP ਦੀ ਸਰਕਾਰ ਜ਼ਿੰਮੇਵਾਰ ਆ। ਔਰ ਕੈਪਟਨ ਸਾਹਿਬ ਨੇ 2017 'ਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਜਦੋਂ ਮੈਂ ਆ ਗਿਆ ਸੱਤਾ 'ਚ, ਇਹ ਜਿਹੜੇ ਐਗਰੀਮੈਂਟ ਹੋਏ ਨੇ ਜਿਹੜੇ ਕਿ ਪੰਜਾਬ ਵਿਰੋਧੀ ਨੇਗੇ, ਇਹਨਾਂ ਨੂੰ ਮੈਂ ਖਤਮ ਕਰੂੰਗਾ, ਇਹਨਾਂ ਨੂੰ ਮੈਂ ਰੱਦ ਕਰੂੰਗਾ, ਇਹਨਾਂ ਦਾ ਮੈਂ ਰਿਵਿਊ ਕਰੂੰਗਾ। ਪਰ ਲੇਕਿਨ ਬੜੇ ਅਫਸੋਸ ਦੀ ਗੱਲ ਆ ਕਿ 3.5-3 ਸਾਲ ਦਾ ਸਮਾਂ ਨਿਕਲ ਗਿਆ, ਨਾ ਰੱਦ ਕੀਤੇ ਨੇ, ਨਾ ਰਿਵਿਊ ਕੀਤੇ ਨੇ, ਨਾ ਉਹਦੇ ਖਿਲਾਫ਼ ਕੋਈ ਗੱਲ ਕੀਤੀ ਆ, ਬਲਕਿ 13 ਵਾਰ ਪੰਜਾਬ ਦੇ ਵਿੱਚ ਬਿਜਲੀ ਦੇ ਰੇਟ ਹੋਰ ਵੱਧ ਚੁੱਕੇ ਨੇਗੇ। ਅੱਜ ਪੰਜਾਬ ਦੇ 2.5 ਲੱਖ ਕਰੋੜ ਦਾ ਕਰਜ਼ਾ ਹੈਗਾ, ਪੰਜਾਬ ਕਰਜ਼ਈ ਸਟੇਟ ਬਣਾਤਾ 1992 ਤੋਂ ਲੈ ਕੇ ਹੁਣ ਤੱਕ, ਲਗਾਤਾਰ ਕਰਜ਼ਾ ਪੰਜਾਬ ਦੇ ਚੜ੍ਹਿਆ ਜਾ ਰਿਹਾ ਹੈਗਾ। ਸੋ ਇਹਦੇ ਲਈ ਮੈਂ ਸਮਝਦਾ ਮਾਫੀਆ ਸਰਕਾਰਾਂ ਜ਼ਿੰਮੇਵਾਰ ਨੇ, ਪੰਜਾਬ ਵਿੱਚ ਜਿਹੜਾ ਮਾਫੀਆ ਰਾਜ ਆ, ਜਿਹੜਾ ਪੰਜਾਬ ਨੂੰ ਬਰਬਾਦ ਕਰਨ ਵਾਲਾ ਰਾਜ ਹੈਗਾ, ਉਹ ਖਤਮ ਕਰੂੰਗਾ। ਪਰ ਲੇਕਿਨ ਅਫਸੋਸ ਆ ਕਿ ਉਸੇ ਤਰ੍ਹਾਂ ਜਿਵੇਂ ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਲੁੱਟ ਰਿਹਾ ਸੀਗਾ, ਜਿਵੇਂ BJP ਪੰਜਾਬ ਨੂੰ ਲੁੱਟ ਰਹੀ ਸੀ, ਉਸੇ ਸਟਾਈਲ ਦੇ ਵਿੱਚ ਉਸੇ ਤਰੀਕੇ ਦੇ ਨਾਲ ਕੈਪਟਨ ਸਾਹਿਬ ਲੁੱਟ ਰਹੇ ਨੇ, ਕੋਈ ਬਦਲਾਅ ਨਹੀਂ ਆਇਆ, ਕੋਈ ਉਸੇ ਤਰ੍ਹਾਂ ਜਿਹੜਾ ਹੈਗਾ ਲੈਂਡ ਮਾਫੀਆ, ਸੈਂਡ ਮਾਫੀਆ, ਡਰੱਗ ਮਾਫੀਆ, ਬਿਜਲੀ ਮਾਫੀਆ, ਐਜੂਕੇਸ਼ਨ ਮਾਫੀਆ, ਉਹ ਸਾਰੇ ਮਾਫੀਆ ਉਸੇ ਤਰ੍ਹਾਂ ਚੱਲ ਰਹੇ ਨੇਗੇ। ਸੋ ਪੰਜਾਬ 'ਚ ਕੋਈ ਬਦਲਾਅ ਨਹੀਂ ਆਇਆ। ਔਰ ਕੈਪਟਨ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ 4 ਹਫ਼ਤਿਆਂ 'ਚ ਪੰਜਾਬ 'ਚੋਂ ਡਰੱਗ ਨਸ਼ਾ ਖਤਮ ਕਰ ਦੂੰਗਾ, ਬਿਲਕੁਲ ਫੇਲ ਹੋਏ ਨੇਗੇ। ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ, ਖਾਸ ਤੌਰ 'ਤੇ ਕਿਸਾਨਾਂ ਦੇ ਨਾਲ, ਦਲਿਤਾਂ ਦੇ ਨਾਲ, ਕੀ ਵਾਅਦਾ ਕੀਤਾ ਸੀਗਾ ਕਿ ਤੁਹਾਡਾ ਮੁਕੰਮਲ, ਤੁਹਾਡਾ ਟੋਟਲ ਲੋਨ ਵੇਵਰ ਹੋਊਗੀ, ਤੁਹਾਡਾ ਟੋਟਲ ਲੋਨ ਮਾਫ਼ ਹੋਊਗਾ। ਪੰਜਾਬ ਕੇ ਚਾਹੇ ਸਕੂਲਸ ਹੋ ਜਾਂ ਪੰਜਾਬ ਕੇ ਸਕੂਲ ਕੇ ਉਨ ਬੱਚੋਂ ਕੇ ਪੇਰੈਂਟਸ ਹੋ, ਸਭੀ ਲੋਕ ਸੜਕੋਂ ਪਰ ਹੈ, ਸਰਕਾਰ ਕੇ ਖਿਲਾਫ਼, ਸ਼ਾਸਨ ਕੇ ਖਿਲਾਫ਼। ਸਕੂਲ ਕਹਤੇ ਹੈ ਕਿ ਹਮ ਫੀਸ ਚਾਹੀਏ, ਪੇਰੈਂਟਸ ਕਹ ਰਹੇ ਕਿ ਹਮ ਫੀਸ ਨਹੀਂ ਦੇਂਗੇ। ਆਮ ਆਦਮੀ ਪਾਰਟੀ ਕਹਾਂ ਸਟੈਂਡ ਲੇਤੀ ਇਸ? ਦੇਖੋ, ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ, ਉਹ ਬੁਰੀ ਤਰ੍ਹਾਂ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਚਲਾਉਣ 'ਚ ਫੇਲ ਹੋਈ ਹੈਗੀ। ਸਾਡੇ ETT ਪਾਸ, ਸਾਡੇ ਟੈਟ ਪਾਸ, ਸਾਡੇ ਨੌਜਵਾਨ ਜਿਹੜੇ ਐਲੀਜੀਬਲ ਨੇਗੇ, ਉਹ ਯੋਗ ਉਮੀਦਵਾਰ ਸੜਕਾਂ 'ਤੇ ਧਰਨੇ ਦੇ ਰਹੇ ਨੇਗੇ, ਪ੍ਰੋਟੈਸਟ ਕਰ ਰਹੇ ਨੇਗੇ,
ਉਹ ਧਰਨੇ ਦੇ ਰਹੇ ਨੇ ਕਿ ਉਹ ਸਕੂਲ ਜਿਹੜੇ ਖਾਲੀ ਪਏ ਨੇ, ਸਕੂਲ ਟੀਚਰਾਂ ਤੋਂ ਬਿਨਾਂ, ਸਕੂਲ ਅਧਿਆਪਕਾਂ ਤੋਂ ਬਿਨਾਂ ਖਾਲੀ ਨੇਗੇ। ਉਸੇ ਤਰ੍ਹਾਂ ਬਿਲਡਿੰਗਾਂ ਜਿਹੜੀਆਂ ਹੈਗੀਆਂ ਉਹ ਢਹਿ ਢੇਰੀ ਹੋ ਚੁੱਕੀਆਂ ਨੇ, ਬਿਲਡਿੰਗਾਂ ਪੁਰਾਣੀਆਂ ਹੋ ਚੁੱਕੀਆਂ ਨੇਗੀਆਂ। ਸਰਕਾਰ ਹੌਲੀ ਹੌਲੀ ਕਰਕੇ, ਪੰਜਾਬ ਸਰਕਾਰ ਹੌਲੀ ਹੌਲੀ ਕਰਕੇ, ਇਹ ਇਹਨਾਂ ਦੀ ਰਜਵਾੜਾ ਸ਼ਾਹੀ ਸੋਚ ਆ, ਇਹਨਾਂ ਦਾ ਜਿਹੜਾ ਹੈਗਾ ਪੰਜਾਬ ਵਿਰੋਧੀ ਸੋਚ ਆ ਲੋਕਾਂ ਦੀ, ਕਿ ਹੌਲੀ ਹੌਲੀ ਆਪਾਂ ਜਿਹੜੀ ਆ ਸਰਕਾਰੀ ਐਜੂਕੇਸ਼ਨ ਆ, ਜਿਹੜੀ ਸਰਕਾਰੀ ਐਜੂਕੇਸ਼ਨ ਉਹਨੂੰ ਖਤਮ ਕਿਵੇਂ ਕਰਨਾ, ਉਸ 'ਤੇ ਲੱਗੇ ਹੋਏ ਨੇਗੇ। ਸੋ ਉਹਨੂੰ ਪ੍ਰਮੋਟ ਨਹੀਂ ਕਰ ਰਹੇ। ਸੋ ਦੂਜੇ ਪਾਸੇ ਜਿਹੜਾ ਹੈਗਾ ਫੀਸਾਂ ਦਾ ਮਾਮਲਾ ਸਾਹਮਣੇ ਆਇਆ, ਇਹ ਮਾਮਲਾ ਹਾਈਕੋਰਟ 'ਚ ਲਿਆ ਗਿਆ। ਹਾਈਕੋਰਟ ਦੇ ਵਿੱਚ ਮਾਪਿਆਂ ਨੂੰ ਜਾਣਾ ਪਿਆ, ਹਾਈਕੋਰਟ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਨੂੰ ਜਾਣਾ ਪਿਆ, ਕਿਉਂਕਿ ਸਕੂਲਾਂ ਦਾ ਇੱਕ ਬਹੁਤ ਵੱਡਾ ਫੰਡ ਆ, ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦਾ ਰਿਜ਼ਰਵ ਫੰਡ ਆ, ਬਹੁਤ ਵੱਡਾ ਫੰਡ ਹੈਗਾ। ਉਹ ਫੰਡ ਜਿਹੜਾ ਹੈਗਾ ਪੰਜਾਬ ਸਰਕਾਰ ਕੋਲ ਪਿਆ ਹੈਗਾ, ਉਹ ਲਗਭਗ 650 ਕਰੋੜਾਂ, ਪਤਾ ਨਹੀਂ 700 ਕਰੋੜਾਂ, ਉਹ ਸਕੂਲਾਂ ਨੂੰ ਜਾਰੀ ਕਰਨ ਦੇ। ਮੈਂ ਸਮਝਦਾ ਕੋਈ ਪ੍ਰੋਬਲਮ ਹੀ ਨਹੀਂ ਆਉਣੀ ਸੀਗੀ। ਇਹ ਸਾਰੀਆਂ ਪ੍ਰੋਬਲਮਾਂ ਦੇ ਜਨਮਦਾਤਾ ਨੇ ਕੈਪਟਨ ਸਾਹਿਬ ਨੇ, ਕਿ ਉਹਨਾਂ ਦੇ ਏਜੰਡੇ 'ਤੇ ਪੰਜਾਬ ਦੇ ਲੋਕ ਨਹੀਂ ਹੈਗੇ, ਉਹਨਾਂ ਦੇ ਏਜੰਡੇ 'ਤੇ ਪੰਜਾਬ ਦੇ ਲੋਕਾਂ ਦੀ ਲੁੱਟ ਆ। ਚੀਮਾ ਸਾਹਿਬ, ਲੇਕਿਨ ਅਗਰ ਇਤਨਾ ਬੜਾ ਫੰਡ ਪੰਜਾਬ ਸਰਕਾਰ ਦੇ ਪਾਸ ਰਿਹਾ ਜੈਸਾ ਕਿ ਆਪ ਕਹਿ ਰਹੇ ਹੋ, ਹੋਗਾ ਤਾਂ ਐਸੇ ਵਿੱਚ ਫਿਰ ਪੰਜਾਬ ਸਰਕਾਰ ਹਾਈਕੋਰਟ ਵਿੱਚ ਕਿਉਂ ਖੜੀ ਹੈ ਸਕੂਲਸ ਦੇ ਖਿਲਾਫ? ਦੇਖੋ, ਉਹ ਜਿਹੜਾ ਫੰਡ ਆ, ਜਿਹੜਾ ਪ੍ਰਾਈਵੇਟ ਸਕੂਲਾਂ ਨੇ ਸਮੇਂ ਸਿਰ ਜਮ੍ਹਾਂ ਕਰਾਇਆ ਪੰਜਾਬ ਸਰਕਾਰ ਕੋਲ, ਸਮੇਂ ਸਿਰ ਡਿਪੋਜ਼ਿਟ ਕਰਾਉਂਦੀ ਰਹਿੰਦੀ ਹੈ ਪੰਜਾਬ ਜਿਹੜੇ ਪ੍ਰਾਈਵੇਟ ਸਕੂਲ ਨੇ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਇਹਦੇ 'ਚ ਕਪੜਾ ਹੋਇਆ ਗਿਆ ਵੱਡਾ, ਇਹਦੇ 'ਚ ਕਿਤੇ ਜਿਹੜੀ ਰਾਸ਼ੀ ਆ, ਜਿਹੜੇ ਪੈਸੇ ਨੇਗੇ, ਜਿਹੜੀ ਮਨੀ ਆ, ਉਹ ਕਿਤੇ ਹੋਰ ਯੂਜ਼ ਕਰ ਲਈ ਹੋਣੀ ਹੈ। ਇਹੀ ਕਾਰਨ ਹੈ ਕਿ ਇਹਦੇ ਬਾਰੇ ਅੰਕੜੇ ਸਾਹਮਣੇ ਨਹੀਂ ਆ ਰਹੇ, ਇਹਦੇ ਅੰਕੜੇ ਲੁਕੋਏ ਜਾ ਰਹੇ ਨੇ, ਕਿ ਕਿਤੇ ਨਾ ਕਿਤੇ ਬਹੁਤ ਵੱਡਾ ਗਵਨ, ਬਹੁਤ ਵੱਡਾ ਜਿਹੜਾ ਹੈਗਾ ਫਰਾਡ ਹੋਇਆ ਹੈਗਾ। ਸੋ ਇਹਦੇ 'ਤੇ ਬਹੁਤ ਕੰਮ ਕਰਨ ਦੀ ਲੋੜ, ਸਾਡੀਆਂ ਟੀਮਾਂ ਲੱਗੀਆਂ ਹੁੰਦੀਆਂ ਨੇਗੀਆਂ। ਸੋ ਪ੍ਰਾਈਵੇਟ ਸਕੂਲਾਂ ਤੋਂ ਤਾਂ ਫੰਡ ਲੈ ਲਿਆ ਜਿਹੜੇ ਅਸਟੈਬਲਿਸ਼ ਹੁੰਦੇ ਨੇ ਪ੍ਰਾਈਵੇਟ, ਪਰ ਲੇਕਿਨ ਉਹ ਗਿਆ ਕਿੱਥੇ ਫੰਡ? ਕਿਉਂਕਿ ਉਹ ਰਿਜ਼ਰਵ ਫੰਡ ਸੀਗਾ, ਉਹ ਸੀਮਤ ਰੱਖਿਆ ਜਾਣਾ ਸੀ। ਜੇ ਅੱਜ ਰਿਜ਼ਰਵ ਫੰਡ ਉਦੋਂ ਵਰਤੋਂ 'ਚ ਆਉਂਦਾ ਹੈਗਾ ਜਦੋਂ ਕੋਈ ਆਫਤ ਆਈ ਹੋਵੇ, ਜਦੋਂ ਕੁਦਰਤੀ ਆਫਤ ਆਈ ਹੋਵੇ, ਕਲੈਪਸ ਹੋ ਗਿਆ। ਸੋ ਲੇਕਿਨ ਪੰਜਾਬ ਸਰਕਾਰ ਨੇ ਕਿਤੇ ਕੋਈ ਪੈਸਾ ਯੂਜ਼ ਨਹੀਂ ਕੀਤਾ। ਜੈਸਾ ਕਿ ਆਪਣੇ ਬਤਾਇਆ ਬਿਜਲੀ ਮਾਮਲੇ ਪਰ ਆਪਣੇ ਮੈਮੋਰੈਂਡਮ ਦਿਆ ਹੈ ਅਲੱਗ ਅਲੱਗ ਜ਼ਿਲ੍ਹੋਂ ਮੈਂ ਸਭੀ ਐਮ ਐਲ ਏ ਸੇ ਮਿਲ ਕੇ, ਆਨੇ ਵਾਲੇ ਸਮੇਂ ਮੈਂ ਆਪ ਸਕੂਲੋਂ ਕੇ ਲਈ ਐਸਾ ਕੁਛ ਕਰਨੇ ਜਾ ਰਹੇ? ਹਮਾਰੇ ਬਹੁਤ ਸਾਰੇ ਡਿਸਟ੍ਰਿਕਟ ਮੇਂ, ਬਹੁਤ ਸਾਰੀਆਂ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜਾ ਹੈਗਾ ਪ੍ਰੋਟੈਸਟ ਕੀਤਾ ਗਾ। ਅਸੀਂ ਚਾਹੇ ਪਟਿਆਲਾ ਗਾ, ਈਵਨ ਕਿ ਪਠਾਨਕੋਟ ਆ, ਹੋਰ ਬਹੁਤ ਸਾਰੇ ਜ਼ਿਲ੍ਹੇ ਨੇ ਜਿੱਥੇ ਅਸੀਂ ਪ੍ਰੋਟੈਸਟ ਕਰ ਰਹੇ ਹੈਗੇ। ਅਸੀਂ ਕਿਉਂਕਿ ਕੋਰੋਨਾ ਮਹਾਂਮਾਰੀ ਲੱਗੀ ਹੋ ਰਹੀ ਆ, ਲੋਕਡਾਊਨ ਲੱਗਿਆ, ਕਰਫਿਊ ਲੱਗਿਆ, ਇਸ ਗੱਲ ਕਰਕੇ ਅਸੀਂ ਪ੍ਰੋਟੈਸਟ ਦਾ ਦਾਇਰਾ ਘਟਾਇਆ ਹੈਗਾ। ਸਿੰਬੋਲਿਕ ਪ੍ਰੋਟੈਸਟ ਅਸੀਂ ਬਹੁਤ ਥੋੜ੍ਹੇ ਬਦਲ ਲੈ ਕੇ ਪ੍ਰੋਟੈਸਟ ਕਰਦੇ ਹਾਂ, ਤਾਂ ਕਿ ਇੱਕ ਮੈਸੇਜ ਲੋਕਾਂ ਨੂੰ ਦੇਣਾ, ਲੋਕਾਂ ਨੂੰ ਵੀ ਦੇਣਾ ਗਾ, ਸਰਕਾਰ ਨੂੰ ਵੀ ਜਿਹੜਾ ਹੈਗਾ ਮੈਸੇਜ ਦੇਣਾ ਗਾ। ਸੋ ਉਸ ਤਹਿਤ ਜਿਹੜਾ ਪ੍ਰੋਟੈਸਟ ਸੀਮਤ ਕੀਤੇ ਹੋਏ ਨੇਗੇ, ਪਰ ਲੇਕਿਨ ਅਸੀਂ ਪ੍ਰੈਸ ਦੇ ਜ਼ਰੀਏ, ਅਸੀਂ ਜਿਹੜਾ ਹੈਗਾ ਸਿੰਬੋਲਿਕ ਪ੍ਰੋਟੈਸਟਾਂ ਦੇ ਜ਼ਰੀਏ ਜਿਹੜਾ ਹੈਗਾ ਸਰਕਾਰ ਦਾ ਸਮੇਂ ਸਿਰ ਪ੍ਰੋਟੈਸਟ ਕਰਦੇ ਹਾਂ ਔਰ ਸਰਕਾਰ ਦਾ ਧਿਆਨ ਦਵਾਉਂਦੇ ਹਾਂ। ਚੀਮਾ ਸਾਹਿਬ, ਅਮੂਮਨ ਇਹ ਦੇਖਿਆ ਗਿਆ ਹੈ ਕਿ ਅਧਿਕਤਰ ਰਾਜਨੀਤਿਕ ਪਾਰਟੀਆਂ ਗਾਏ ਬਗਾਏ ਕੋਈ ਨਾ ਕੋਈ ਮੁੱਦਾ ਲੈ ਕੇ ਰੱਖਦੀ ਹੈ ਵਿਰੋਧ ਕਰਨ ਦਾ, ਜੋ ਸਰਕਾਰ ਹੁੰਦੀ ਹੈ, ਜੋ ਪਾਵਰ ਸਰਕਾਰ ਹੁੰਦੀ ਹੈ ਉਸਕੇ ਖਿਲਾਫ। ਅਗਰ ਰਾਜਨੀਤੀ ਸੇ ਉਲਟ ਹਟ ਕੇ ਅਗਰ ਹਮ ਬਾਤ ਕਰੇ ਤੋ ਆਮ ਆਦਮੀ ਪਾਰਟੀ ਐਸਾ ਕੌਨ ਸਾ ਪ੍ਰੈਕਟੀਕਲ ਮੁੱਦਾ ਹੈ ਜਿਨ ਪੇ ਚਾਹਤੀ ਹੈ ਕਿ ਸਰਕਾਰ ਵਾਕਈ ਬਿਨਾਂ ਕਿਸੇ ਰਾਜਨੀਤੀ ਕੇ ਆਮ ਆਦਮੀ ਪਾਰਟੀ ਚਾਹੇ ਕਿ ਉਸ ਪੇ ਕੰਮ ਕਰੇ ਔਰ ਰਿਜ਼ਲਟ ਦੇ ਪੰਜਾਬ ਦੀ ਜਨਤਾ ਕੋ? ਦੇਖੋ, ਸਭ ਤੋਂ ਪਹਿਲਾਂ ਵੱਡੀ ਗੱਲ ਤਾਂ ਇਹ ਆ ਕਿ ਕੈਪਟਨ ਸਾਹਿਬ ਨੇ ਜਿੰਨੇ ਵਾਅਦੇ ਕੀਤੇ ਸੀ ਪੰਜਾਬ ਦੇ ਲੋਕਾਂ ਦੇ ਨਾਲ, ਜਿਨ੍ਹਾਂ ਵਾਅਦਿਆਂ ਦੇ ਕਰਕੇ ਕੈਪਟਨ ਸਾਹਿਬ ਸੱਤਾ 'ਚ ਆਏ ਨੇ, ਚਾਹੇ ਉਹ ਘਰ ਘਰ ਰੁਜ਼ਗਾਰ ਦੀ ਗੱਲ ਆ, ਚਾਹੇ ਉਹ ਰੁਜ਼ਗਾਰ ਗਰੰਟੀ ਪ੍ਰੋਗਰਾਮ ਦੀ ਗੱਲ ਆ, ਚਾਹੇ ਜਿਹੜਾ ਹੈਗਾ ਸਾਡੇ ਨੌਜਵਾਨਾਂ ਨੂੰ ਜਿਹੜੀ ਆ ਕੰਪਨਸੇਸ਼ਨ ਕਰਨ ਦੀ ਗੱਲ, ਉਹਨਾਂ ਨੂੰ ਪਤਾ ਦੇਣ ਦੀ ਗੱਲ ਆ, ਚਾਹੇ ਕਿਸਾਨ ਦਾ ਮੁਕੰਮਲ ਕਰਜ਼ੇ ਦੀ ਮਾਫ਼ੀ ਆ, ਚਾਹੇ ਦਲਿਤਾਂ ਦੇ ਮੁਕੰਮਲ ਕਰਜ਼ੇ ਦੀ ਮਾਫ਼ੀ ਆ, ਚਾਹੇ ਦਲਿਤਾਂ ਨੂੰ ਪੰਜ ਮਰਲੇ ਪਲਾਟ ਦੇਣ ਦੀ ਗੱਲ ਆ, ਚਾਹੇ ਜਿਹੜੇ ਗਰੀਬ ਨੇਗੇ ਬੁਢਾਪਾ ਪੈਨਸ਼ਨ ਆ, ਅੰਗਹੀਣ ਪੈਨਸ਼ਨ ਆ, ਵਿਧਵਾ ਪੈਨਸ਼ਨ ਆ, ਚਾਹੇ 2500 ਦੇਣ ਦੀ ਗੱਲ ਆ, ਚਾਹੇ ਪੰਜਾਬ 'ਚੋਂ ਮਾਫ਼ੀਆ ਰਾਜ ਦੇ ਖਾਤਮੇ ਦੀ ਗੱਲ ਆ, ਇਹ ਸਾਰੀਆਂ ਜਿਹੜੀਆਂ ਜਿਹੜੇ ਵਾਅਦੇ ਕੈਪਟਨ ਸਾਹਿਬ ਨੇ ਕੀਤੇ ਨੇਗੇ ਉਹ ਪੂਰੇ ਹੋਣ। ਔਰ ਦੂਜਾ ਨਾਲ ਦੀ ਨਾਲ ਪੰਜਾਬ ਦਾ ਐਜੂਕੇਸ਼ਨ ਖੇਤਰ ਆ, ਹੈਲਥ ਸੈਕਟਰ ਆ, ਇਹ 'ਚ ਵੱਡੇ ਸੁਧਾਰਾਂ ਦੀ ਲੋੜ ਆ। ਅੱਜ ਤੁਸੀਂ ਦੇਖੋ ਕਿ ਅੱਜ ਕੋਰੋਨਾ ਮਹਾਂਮਾਰੀ ਦੌਰਾਨ ਵੀ ਬਹੁਤ ਸਾਰੇ ਟੀਚਰ, ਬਹੁਤ ਸਾਰੇ ਜਿਹੜੇ ਮੈਂ ਸਮਝਦਾ ਡਾਕਟਰ, ਬਹੁਤ ਸਾਰੇ ਇੰਜੀਨੀਅਰ, ਸਾਰੇ ਪ੍ਰੋਟੈਸਟ ਕਰ ਰਹੇ ਨੇ, ਥਾਂ ਥਾਂ 'ਤੇ ਪ੍ਰੋਟੈਸਟ ਹੋ ਰਹੇ ਨੇ। ਕਿਉਂ ਹੋ ਰਹੇ ਨੇ? ਕਿ ਕੈਪਟਨ ਸਾਹਿਬ ਫੇਰ ਆ, ਇਹਨਾਂ ਸਾਰੇ ਮੁੱਦਿਆਂ 'ਤੇ ਗੱਲ ਕੰਮ ਕਰਨ ਦੀ ਲੋੜ ਆ। ਆਮ ਆਦਮੀ ਪਾਰਟੀ ਦਾ ਬੜਾ ਸਪਸ਼ਟ ਏਜੰਡਾ ਹੈਗਾ ਐਜੂਕੇਸ਼ਨ ਅਤੇ ਹੈਲਥ, ਐਜੂਕੇਸ਼ਨ, ਹੈਲਥ, ਕਰਪਸ਼ਨ ਫਰੀ ਸਟੇਟ, ਔਰ ਜੋ ਅੱਜ ਮਾਫੀਆ ਰਾਜ ਪੰਜਾਬ 'ਚ ਚੱਲ ਰਿਹਾ, ਜੋ ਡਰੱਗ ਪੰਜਾਬ ਚੱਲ ਰਹੀ ਹੈ, ਇਹਦਾ ਖਾਤਮਾ। ਸੋ ਆਮ ਆਦਮੀ ਪਾਰਟੀ ਦੀ ਸਰਕਾਰ 2022 'ਚ ਆਊਗੀ,
ਤਾਂ ਸਭ ਤੋਂ ਪਹਿਲਾਂ ਸਾਡੇ ਇਹੀ ਏਜੰਡੇ 'ਤੇ ਪ੍ਰਾਇਓਰਟੀ ਹੈ ਕਿ ਪੰਜਾਬ ਵਿੱਚੋਂ ਡਰੱਗ ਕਿਵੇਂ ਖਤਮ ਹੋਵੇ, ਪੰਜਾਬ ਦੇ ਕਿਸਾਨ ਦਾ ਕਰਜ਼ਾ ਕਿਵੇਂ ਖਤਮ ਹੋਵੇ, ਪੰਜਾਬ ਦਾ ਦਲਿਤ, ਪੰਜਾਬ ਦਾ ਵਪਾਰੀ, ਪੰਜਾਬ ਦਾ ਮੁਲਾਜ਼ਮ ਕਿਵੇਂ ਖੁਸ਼ਹਾਲ ਹੋਵੇ, ਪੰਜਾਬ ਦੇ ਵਿੱਚ ਅੱਛੀ ਅਤੇ ਕੁਆਲਿਟੀ ਦੀ ਐਜੂਕੇਸ਼ਨ ਕਿਵੇਂ ਜਿਹੜੀ ਆ ਉਹਦੀ ਬਹਾਲੀ ਹੋਵੇ, ਪੰਜਾਬ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਹੈਲਥ ਸੈਕਟਰ ਆ, ਸਿਹਤ ਜਿਹੜਾ ਸਾਡਾ ਵਿਭਾਗ ਆ ਉਹ ਚੁਸਤ ਦਰੁਸਤ ਕਿਵੇਂ ਹੋਵੇ, ਕਿਵੇਂ ਜਿਹੜਾ ਹੈਗਾ ਸਾਨੂੰ ਸਾਡਾ ਇਹ ਬਿਮਾਰ ਪਿਆ ਡਿਪਾਰਟਮੈਂਟ ਉਹ ਠੀਕ ਹੋਵੇ, ਕਿਉਂਕਿ ਸਾਨੂੰ ਅੱਜ ਜੇਕਰ ਕਿਸੇ ਨੇ ਖੁਦਾ ਨਾ ਕਾਸਤਾ ਮਾਫ ਕਰਨਾ ਕਿਸੇ ਨੂੰ ਕੋਈ ਬੰਦਾ ਕੈਂਸਰ ਹੋ ਜਾਵੇ ਜਾਂ ਹਾਰਟ ਦਾ ਪੇਸ਼ੈਂਟ ਹੋ ਜਾਵੇ ਤਾਂ ਉਹ ਪਰਿਵਾਰ ਬਰਬਾਦ ਹੋ ਜਾਂਦਾ, ਉਹਦੇ ਲੱਖਾਂ ਰੁਪਏ ਲੱਗ ਜਾਂਦੇ ਨੇ। ਇਹ ਸਾਰੀ ਚੀਜ਼ਾਂ ਸਟੇਟ ਜਿਹੜਾ ਹੈਗਾ ਮੁਫਤ ਇਲਾਜ ਕਰੇ, ਕਿਉਂਕਿ ਹਰ ਇੱਕ ਵਿਅਕਤੀ ਜਿਹੜਾ ਇਸ ਪੰਜਾਬ ਦਾ ਵਸਿੰਦਾ ਹੈਗਾ, ਜਿਹੜਾ ਪੰਜਾਬ 'ਚ ਰਹਿੰਦਾ ਹੈਗਾ, ਹਰ ਇੱਕ ਵਿਅਕਤੀ ਜਦੋਂ ਪੈਦਾ ਹੁੰਦਾ, ਪੈਦਾ ਹੋਣ ਤੋਂ ਲੈ ਕੇ ਮਰਨ ਤੱਕ ਟੈਕਸ ਦਿੰਦਾ ਹੈਗਾ, ਸੌਣ ਤੋਂ ਜਾਗਣ ਤੱਕ ਟੈਕਸ ਦਿੰਦਾ ਹੈਗਾ, ਜਾਗਣ ਤੋਂ ਸੌਣ ਤੱਕ ਟੈਕਸ ਦਿੰਦਾ ਹੈਗਾ, ਔਰ ਜਦੋਂ ਅਸੀਂ 24 ਘੰਟੇ ਟੈਕਸ ਦਿੰਦੇ ਹਾਂ ਤਾਂ ਸਾਨੂੰ ਸਹੂਲਤਾਂ ਕਿਉਂ ਨਹੀਂ ਮਿਲਦੀਆਂ? ਸੋ ਇਹ ਤੋਂ ਪਤਾ ਲੱਗਦਾ ਕਿ ਸਟੇਟ ਜਿਹੜਾ ਹੈਗਾ ਇਹਦੇ 'ਚ ਰਾਜ ਕਰਦੀਆਂ ਪਾਰਟੀਆਂ ਜਿਹੜੀਆਂ ਪਾਵਰ 'ਚ ਪਾਰਟੀਆਂ ਆਉਂਦੀਆਂ ਨੇਗੀਆਂ, ਜਦੋਂ ਪਾਵਰ 'ਚ ਆਉਣਾ ਹੁੰਦਾ ਹੈਗਾ ਉਦੋਂ ਲਾਰੇ ਦੇ ਨਾਰੇ ਇਸ ਤਰ੍ਹਾਂ ਦੇ ਲਾਏ ਜਾਂਦੇ ਨੇ ਲੋਕਾਂ ਨੂੰ ਕਿ ਤੁਹਾਨੂੰ ਅਸੀਂ ਆਹ ਚੀਜ਼ਾਂ ਦੇਵਾਂਗੇ, ਜਦੋਂ ਸੱਤਾ 'ਚ ਆ ਦਿੰਦੇ ਨੇ, ਜਦੋਂ ਪਾਵਰ 'ਚ ਆ ਦਿੰਦੇ ਨੇ, ਜਦੋਂ ਲੋਕਾਂ ਨੂੰ ਵੋਟਾਂ ਪਾ ਕੇ ਸਰਕਾਰ ਸੰਭਾਲ ਦਿੰਦੇ ਨੇ, ਉਸ ਬਾਅਦ ਕੀ ਆ ਉਹ ਉਹਨਾਂ ਨੇ ਲੁੱਟਣਾ ਸਟਾਰਟ ਕਰ ਦਿੰਦੇ, ਉਹ ਲੁੱਟਦੇ ਜੰਡ ਦੇ ਕੰਮ ਕਰਦੇ ਨੇ। ਚਾਹਤੇ ਆਤੇ ਸਰ ਇੱਕ ਬਾਤ ਜਾਣਨਾ ਚਾਹੇਂਗੇ ਕਿ ਵਪਾਰੀਓਂ ਕੇ ਲੀਏ ਆਮ ਆਦਮੀ ਪਾਰਟੀ ਕਾ ਪੰਜਾਬ ਮੇਂ ਕਿਆ ਸਟੈਂਡ ਹੈ, ਕਿਉਂਕਿ ਵਪਾਰ ਔਰ ਉਦਯੋਗ ਜਗਤ ਪੰਜਾਬ ਮੇਂ ਬੜੇ ਲੈਵਲ ਪੇ ਹੈ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਜੈਸੇ ਬੜੇ ਸ਼ਹਿਰ ਹੈ ਜਹਾਂ ਪਰ ਵਪਾਰੀ ਵਰਗ ਬਹੁਤ ਬੜੇ ਲੈਵਲ ਪੇ ਹੈ, ਔਰ ਕਰੋਨਾ ਕੀ ਮਾਰ ਸਭ ਨੇ ਚੇਂਜ। ਦੇਖੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਵਪਾਰ ਜਿਹੜਾ ਹੈਗਾ ਪੰਜਾਬ ਦਾ ਵਪਾਰ ਲਗਾਤਾਰ ਖਤਮ ਹੋ ਰਿਹਾ ਹੈਗਾ, ਪੰਜਾਬ 'ਚ ਇੰਡਸਟਰੀ ਲਗਾਤਾਰ ਖਤਮ ਹੋ ਰਹੀ ਆ, ਕਿਉਂਕਿ ਜਦੋਂ ਸੁਖਬੀਰ ਸਿੰਘ ਬਾਦਲ ਵਾਜਪਾਈ ਸਾਹਿਬ ਦੀ ਸਰਕਾਰ ਦੇ ਵਿੱਚ ਮਿਨਿਸਟਰ ਸੀਗੇ, ਉਦੋਂ ਇੱਕ ਬਹੁਤ ਵੱਡਾ ਇੱਕ ਟੈਕਸ ਵੇਵ ਕੀਤਾ ਸੀਗਾ ਗੌਰਮੈਂਟ ਆਫ ਇੰਡੀਆ ਨੇ, ਜਿਹਦੇ ਵਿੱਚ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਜਿਹੜੇ ਬਾਰਡਰ 'ਤੇ ਸਟੇਟਾਂ ਸੀ ਆਉਂਦੀਆਂ ਸੀ, ਪਰ ਲੇਕਿਨ ਉਦੋਂ ਅਕਾਲੀ ਦਲ ਨੇ ਉੱਥੇ ਸਰੈਂਡਰ ਕੀਤਾ ਸੀ, ਉਦੋਂ ਪੰਜਾਬ ਨੂੰ ਜਿਹੜਾ ਹੈਗਾ ਟੈਕਸ ਵੇਵ ਨਹੀਂ ਕੀਤਾ ਗਿਆ, ਔਰ ਸਾਰੀ ਇੰਡਸਟਰੀ ਪੰਜਾਬ ਦੀ, ਇਹਨਾਂ ਬਾਅਦ ਦੂਜੇ ਸੂਬਿਆਂ 'ਚ ਚਲੇ ਗਈ, ਚਾਹੇ ਉਹ ਹਿਮਾਚਲ ਆ ਚਾਹੇ ਉਹ ਜੰਮੂ ਕਸ਼ਮੀਰ ਆ, ਪਰ ਲੇਕਿਨ ਪੰਜਾਬ ਦੀ ਸਾਰੀ ਇੰਡਸਟਰੀ ਪੰਜਾਬ ਛੱਡ ਕੇ ਚਲੇ ਗਈ। ਉਹਦਾ ਕਾਰਨ ਇਹ ਕਿ ਪੰਜਾਬ ਵਿੱਚ ਇੱਕ ਤਾਂ ਗੁੰਡਾ ਰਾਜ ਹੈਗਾ, ਔਰ ਦੂਜਾ ਹੈਗਾ ਪੰਜਾਬ ਵਿੱਚ ਜਿਹੜਾ ਇਹ ਮਾਫੀਆ ਕੰਮ ਕਰਦਾ ਕਿ ਇੱਥੇ ਸਭ ਤੋਂ ਮਹਿੰਗੀ ਬਿਜਲੀ ਆ, ਬੇਸਿਕ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਹੈ ਨਹੀਂ ਵਪਾਰੀਆਂ ਦੇ ਲਈ, ਉਹ ਸਾਰਾ ਕੁਝ ਬਹਾਲ ਕਰਨ ਦੀ ਲੋੜ ਆ, ਔਰ ਲੋਕਾਂ ਦਾ ਖਾਸ ਤੌਰ 'ਤੇ ਵਪਾਰੀਆਂ ਦਾ, ਇੰਡਸਟਰੀਅਲਿਸਟ ਦਾ ਵਿਸ਼ਵਾਸ ਜਿੱਤਣ ਦੀ ਲੋੜ ਆ। ਸੋ ਇਹਦੇ 'ਤੇ ਵੱਡੇ ਪੱਧਰ 'ਤੇ ਕੰਮ ਕਰਨ ਦੀ ਲੋੜ ਆ, ਔਰ ਸਰਕਾਰ ਜਿਹੜੀ ਹੈ ਕੈਪਟਨ ਸਾਹਿਬ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ, ਔਰ ਪੰਜਾਬ ਇਨਵੈਸਟ ਨਾ ਦੇ, ਪੰਜਾਬ ਇਨਵੈਸਟ ਨਾ ਦੇ, ਕਾਫੀ ਸਾਰੇ ਇਨਵੈਸਟ ਵੀ ਹੋਏ ਨੇ ਪੰਜਾਬ ਦੇ ਵਿੱਚ, ਕਰੋੜਾਂ ਵੀ ਹੋਏ ਨੇ, ਪਰ ਲੇਕਿਨ ਪੈਸਾ ਕੋਈ ਇਨਵੈਸਟ ਨਹੀਂ ਹੋਇਆ। ਸੋ ਉਹ ਜਿਹੜਾ ਇਨਵੈਸਟ ਕਰਾਉਣ ਦੇ ਲਈ ਆਮ ਆਦਮੀ ਪਾਰਟੀ ਬਿਲਕੁਲ ਜਦੋਂ ਸਰਕਾਰ ਆਊਗੀ ਬੜੀ ਇਮਾਨਦਾਰੀ ਨਾਲ ਕੰਮ ਕਰਾਂਗੇ, ਔਰ ਸਾਰੀ ਇੰਡਸਟਰੀ ਨੂੰ ਜਿਹੜੀ ਸਾਡੀ ਪੰਜਾਬ 'ਚ ਛੱਡ ਕੇ ਚੱਲੀ ਹੈ ਜਾਂ ਹੋਰ ਇੰਡਸਟਰੀਅਲਿਸਟ ਜਿਹੜੇ ਪੰਜਾਬ 'ਚ ਇੰਡਸਟਰੀ ਲਾਉਣਾ ਚਾਹੁੰਦੇ ਉਹਨਾਂ ਨੂੰ ਸਸਤੇ ਭਾਅ 'ਤੇ ਜ਼ਮੀਨਾਂ ਵੀ ਦੇਵਾਂਗੇ, ਉਹਨਾਂ ਨੂੰ ਜਿਹੜਾ ਹੈਗਾ ਰਾਹਤ ਦੇ ਕੇ ਉਹਨਾਂ ਨੂੰ ਦੂਜਾ ਆਪਣਾ ਉਹਨਾਂ ਨੂੰ ਇਲੈਕਟ੍ਰਿਸਿਟੀ ਦੇ ਵਿੱਚ ਮਾਫੀ ਦੇਵਾਂਗੇ, ਟੈਕਸ ਵੀ ਮਾਫੀ ਦੇਵਾਂਗੇ, ਤਾਂ ਕਿ ਪੰਜਾਬ 'ਚ ਇੰਡਸਟਰੀ ਲੱਗੇ ਔਰ ਪੰਜਾਬ ਦੇ ਜਿਹੜਾ ਬੇਰੁਜ਼ਗਾਰ ਨੌਜਵਾਨ ਆ ਉਹਨੂੰ ਰੁਜ਼ਗਾਰ ਮਿਲ ਸਕੇ। 2022 'ਤੇ ਇੱਕ ਵਾਰ ਕਰ ਲੈਂਦੇ ਚਰਚਾ ਕਿ 117 ਕੇ 17 ਸੀਟੋਂ ਪਰ ਲੜਾਂਗੇ ਇਸ ਵਾਰ ਜਾਂ? ਬਿਲਕੁਲ, ਆਮ ਆਦਮੀ ਪਾਰਟੀ 117 ਦੇ 17 ਸੀਟਾਂ 'ਤੇ ਇਲੈਕਸ਼ਨ ਲੜੂਗੀ, ਪਹਿਲਾਂ ਵੀ 117 ਸੀਟਾਂ 'ਤੇ ਲੜੀ ਸੀ, ਬੇਸ਼ੱਕ ਉਦੋਂ ਸਾਡੇ ਨਾਲ ਲੋਕ ਇਨਸਾਫ ਪਾਰਟੀ ਭਾਈਵਾਲ ਸੀ ਵੀ 6 ਸੀਟਾਂ 'ਤੇ, ਪਰ ਲੇਕਿਨ ਇਸ ਵਾਰ 117 ਦੇ 17 ਸੀਟਾਂ 'ਤੇ ਆਮ ਆਦਮੀ ਪਾਰਟੀ ਇਲੈਕਸ਼ਨ ਲੜੂਗੀ। ਸਰਕਾਰ ਬਣਾਉਣ ਦਾ ਪੂਰਾ ਇਰਾਦਾ? ਬਿਲਕੁਲ, ਸਰਕਾਰ ਬਣਾਉਣ ਲਈ ਲੋਕ ਬੜੇ ਜਿਹੜੇ ਤਿਆਰ ਨੇ, ਪਿਛਲੀ ਵਾਰ ਜਿਹੜਾ ਹੈਗਾ ਅਕਾਲੀ ਦਲ, ਬੀਜੇਪੀ, ਕਾਂਗਰਸ ਨੇ ਰਲ ਕੇ ਇਲੈਕਸ਼ਨ ਲੜੀ ਸੀ ਇਕੱਠਿਆਂ ਨੇ, ਇਸ ਵਾਰ ਪੰਜਾਬ ਦਾ ਬੱਚੇ ਬੱਚੇ ਨੂੰ ਇਸ ਗੱਲ ਦਾ ਪਤਾ ਹੈਗਾ, ਇਸ ਵਾਰ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਪਤਾ ਹੈਗਾ ਕਿ ਇਹਨਾਂ ਲੋਕਾਂ ਨੇ ਧੋਖਾ ਕੀਤਾ, ਇਹਨਾਂ ਲੋਕਾਂ ਨੇ ਸਾਨੂੰ ਧੋਖੇ ਨਾਲ ਵੋਟਾਂ ਲਈਆਂ, ਔਰ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਨੇ। ਸੋ ਉਹਦਾ ਬਦਲਾ ਲੈਣ ਲਈ ਪੰਜਾਬ ਦੇ ਲੋਕ ਕੈਪਟਨ ਸਾਹਿਬ ਤੋਂ ਵੀ ਉਤਾਵਲੇ ਨੇ, ਔਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਉਤਾਵਲੇ ਨੇ, ਕਿਉਂਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਔਰ ਪੰਜਾਬ ਵਿੱਚ ਮਾਫੀਆ ਰਾਜ ਸਿਸਟਮ ਪੈਦਾ ਕੀਤਾ, ਔਰ ਉਸੇ ਤਰ੍ਹਾਂ ਦੇ ਤੋਂ ਕੈਪਟਨ ਸਾਹਿਬ ਕੰਮ ਕਰ ਰਹੇ ਨੇ। ਸੋ ਪੰਜਾਬ ਦੇ ਲੋਕ ਜਿਹੜੇ ਹੈਗੇ ਨੇਗੇ ਇੱਕੋ ਇੱਕ ਵਿਕਲਪ ਵੱਲ, ਇੱਕੋ ਇੱਕ ਜਿਹੜੀ ਰਾਜਨੀਤਿਕ ਪਾਰਟੀ ਆ ਆਮ ਆਦਮੀ ਪਾਰਟੀ ਦੇ ਵੱਲ ਦੇਖ ਰਹੇ ਨੇ, ਔਰ ਵੱਡੀ ਗਿਣਤੀ ਵਿੱਚ ਜੁਆਇਨ ਵੀ ਕਰ ਰਹੇ। ਸਾਨੂੰ ਪੂਰਨ ਆਸ ਆ ਕਿ 2022 ਦੇ ਵਿੱਚ ਆਮ ਲੋਕਾਂ ਦੀ
ਆਮ ਲੋਕਾਂ ਦੀ ਜਿਹੜੀ ਸਰਕਾਰ ਬਣ ਕੇ ਆਪ ਦੀ ਸਰਕਾਰ ਬਣੂਗੀ ਔਰ ਇਹ ਸਾਰੀਆਂ ਜਿੰਨੀਆਂ ਵੀ ਮੁਸ਼ਕਲਾਂ ਪੰਜਾਬ 'ਚ ਆਉਂਦੀਆਂ ਰਹਿੰਦੀਆਂ ਸਾਰੇ ਦੇ ਜਿਹੜੇ ਰੋਗ ਨੇ ਪੰਜਾਬ ਨੂੰ ਲੱਗੇ ਹੋਏ ਸਭ ਦੂਰ ਕਰਾਂਗੇ ਔਰ ਪੰਜਾਬ ਨੂੰ ਤੰਦਰੁਸਤ ਅਤੇ ਅੱਛਾ ਅਤੇ ਅਗਾਹ ਵੱਧਦਾ ਪੰਜਾਬ ਬਣਾਵਾਂਗੇ। ਰਾਜਨੀਤੀ ਰਾਜਨੀਤਿਕ ਦਲ ਕਰਤੇ ਹੈ, ਕਰਤੇ ਆਏ ਹੈ, ਆਗੇ ਵੀ ਕਰੇਂਗੇ, ਮੁੱਦੇ ਉਨਕੇ ਪਾਸ ਹੋਂਗੇ ਸਰਕਾਰੋਂ ਕੇ ਖਿਲਾਫ ਜੋ ਸਰਕਾਰ ਰਾਜਿਓ ਮੇਂ ਹੋਗੀ। ਰਾਜਨੀਤਿਕ ਦਲ ਹਮੇਸ਼ਾ ਕਿਸੇ ਨਾ ਕਿਸੇ ਬਾਤ ਪਰ ਵਿਰੋਧਾਭਾਸ ਹਮੇਸ਼ਾ ਰਾਜ ਸਰਕਾਰੋਂ ਸੇ ਰਖਤੇ ਹੈ ਲੇਕਿਨ ਮਾਫੀਆ ਰਾਜ ਕੋ ਖਤਮ ਕਰਨੇ ਕੇ ਲੀਏ ਹੈਲਥ ਐਜੂਕੇਸ਼ਨ ਆਮ ਆਦਮੀ ਪਾਰਟੀ ਪ੍ਰਤੀਬੱਧ ਹੈ ਪੰਜਾਬ ਮੇਂ। ਯਹ ਕਹਿਣਾ ਥਾ ਹਮਾਰੇ ਸਾਥ ਪੰਜਾਬ ਵਿਧਾਨ ਸਭਾ ਮੇਂ ਅਪੋਜੀਸ਼ਨ ਲੀਡਰ ਹਰਪਾਲ ਸਿੰਘ ਚੀਮਾ ਜੀ ਕਾ ਬਹੁਤ ਬਹੁਤ ਧੰਨਵਾਦ ਆਪਕਾ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਦੇਖਤੇ ਰਹੀਏ ਅਰਥ ਪ੍ਰਕਾਸ਼ ਟੀਵੀ, ਫਿਰ ਮਿਲੇਂਗੇ ਕਿਸੇ ਨਾ ਕਿਸੇ ਮੁੱਦੇ ਪਰ। ਤਾਜ਼ਾ ਅਪਡੇਟਸ ਕੇ ਲੀਏ ਅਰਥ ਪ੍ਰਕਾਸ਼ ਟੀਵੀ ਕੋ ਸਬਸਕ੍ਰਾਈਬ ਕਰੇਂ ਔਰ ਬੈਲ ਆਈਕਨ ਕੋ ਪ੍ਰੈਸ ਕਰੇਂ।